ਸਤਿ ਸ਼੍ਰੀ ਅਕਾਲ ਜੀ, ਮੈਂ ਸਿੰਮੀ ਬੀਂਗ ਸਿੱਖ ਵਾਲੀ, ਅਤੇ ਅੱਜ ਮੇਰੇ ਬ੍ਰਦਰ ਨੇ ਆਉਣਾ ਸੀਗਾ ਦੁਬਈ ਤੋਂ, ਅਤੇ ਆਪਾਂ ਉਹਨੂੰ ਏਅਰਪੋਰਟ 'ਤੇ ਲੈਣ ਜਾ ਰਹੇ ਹਾਂ, ਅਤੇ ਬਹੁਤ ਹੀ ਦੇਰ ਬਾਅਦ ਆਪਾਂ ਵਲੌਗ ਲੈ ਕੇ ਆਏ ਹਾਂ, ਅਤੇ ਵਲੌਗ ਦੇ ਨਾਲ ਇੱਦਾਂ ਹੀ ਬਣੇ ਰਹੋ, ਰਸਤੇ 'ਚ ਜਾ ਰਹੇ ਹਾਂ, ਤੁਹਾਨੂੰ ਅੱਗੇ ਅੱਗੇ ਸਾਰਾ ਨਾਲ ਨਾਲ ਵਲੌਗ ਦਿਖਾਉਂਦੇ ਹਾਂ। ਨਾਲ ਗਿਆ ਸੀਗਾ ਭਤੀਜਾ, ਇਹ ਜਿੱਦ ਕਰ ਰਿਹਾ ਸੀਗਾ ਕਿ ਮੈਂ ਸਨਰੂਫ ਦੇ ਵਿੱਚ ਖੜ੍ਹਾ ਹੋਣਾ, ਅਤੇ ਫਿਰ ਇਹਨੂੰ ਖੜ੍ਹਾ ਕੀਤਾ, ਫਿਰ ਇਹ ਥੋੜ੍ਹਾ ਆਰਾਮ ਨਾਲ ਟੇਕ ਕੇ ਬੈਠਿਆ, ਨਹੀਂ ਤਾਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਸੀ। ਅਤੇ ਬਾਕੀ ਤੁਸੀਂ ਵੇਖ ਸਕਦੇ ਹੋ ਵਿਊ ਕਿੰਨਾ ਜ਼ਿਆਦਾ ਸੋਹਣਾ ਹੈ, ਮੌਸਮ ਵੀ ਅੱਜ ਬਹੁਤ ਵਧੀਆ ਸੀਗਾ ਕਿ ਕੋਈ ਜਾਣ ਦੇ ਵਿੱਚ ਪਰੇਸ਼ਾਨੀ ਨਹੀਂ ਹੋਈ। ਗੱਡੀ ਦੇ ਵਿੱਚ ਤਾਂ ਚਲੋ ਏਸੀ ਸੀਗਾ, ਪਰ ਬਾਹਰ ਨਿਕਲ ਕੇ ਵੀ ਕੋਈ ਪਰੇਸ਼ਾਨੀ ਨਹੀਂ ਸੀਗੀ। ਬਹੁਤ ਜ਼ਿਆਦਾ ਟ੍ਰੈਫਿਕ ਹੈ, ਤੁਸੀਂ ਵੇਖ ਹੀ ਸਕਦੇ ਹੋ, ਅਤੇ ਬਸ ਇਹ ਪਹੁੰਚਣ ਹੀ ਵਾਲੇ ਨੇ। ਵਲੌਗ ਦੇ ਨਾਲ ਤੁਸੀਂ ਇੱਦਾਂ ਹੀ ਬਣੇ ਰਹਿਣਾ, ਵਲੌਗ ਨੂੰ ਵਿੱਚੋਂ ਸਕਿੱਪ ਨਾ ਕਰਿਓ, ਫਿਰ ਇੱਦਾਂ ਹੀ ਤੁਹਾਡੇ ਲਈ ਨਵੇਂ ਨਵੇਂ ਵਧੀਆ ਵਧੀਆ ਘੈਂਟ ਘੈਂਟ ਵਲੌਗ ਲੈ ਕੇ ਆਉਂਦੇ ਰਹਾਂਗੇ। ਮੈਂ ਵੋਇਸ ਓਵਰ ਕਰਦੀ ਪਈ ਸੀ, ਅਤੇ ਵਿੱਚ ਭਤੀਜੀ ਮੈਨੂੰ ਥੋੜ੍ਹਾ ਥੋੜ੍ਹਾ ਪਰੇਸ਼ਾਨ ਕਰ ਰਹੀ ਸੀ, ਕਹਿੰਦੀ ਮੈਂ ਤੇਰਾ ਵਲੌਗ ਖਰਾਬ ਕਰਨਾ, ਅਤੇ ਵਿੱਚ ਵਿੱਚ ਮੈਨੂੰ ਕੁਛ ਨਾ ਕੁਛ ਕਹੀ ਜਾ ਰਹੀ ਸੀਗੀ। ਹੁਣ ਵੀ ਮੇਰੇ ਸਾਹਮਣੇ ਖੜ੍ਹੀ ਹੈ ਅਤੇ ਮੇਰੇ ਵੱਲ ਦੇਖੀ ਜਾ ਰਹੀ ਹੈ, ਕਿਉਂਕਿ ਇਹ ਚਾਚੂ ਨੂੰ ਲੈਣ ਨਾਲ ਨਹੀਂ ਗਈ ਸੀਗੀ, ਛੋਟਾ ਗਿਆ ਸੀਗਾ, ਇਹ ਸਕੂਲ ਗਈ ਹੋਈ ਸੀ, ਜੇ ਇਹ ਨਾਲ ਜਾਂਦੀ ਫਿਰ ਇਹਨੇ ਵੀ ਬਹੁਤ ਪਰੇਸ਼ਾਨ ਕਰਨਾ ਸੀਗਾ, ਇਸ ਕਰਕੇ ਇਹ ਚਾਚੂ ਨੂੰ ਹਜੇ ਨਹੀਂ ਮਿਲੀ। ਜਦੋਂ ਘਰ ਆਉਣਗੇ ਇਹ ਚਾਚੂ ਨੂੰ ਉਦੋਂ ਮਿਲੇਗੀ। ਅੱਜ ਇਹਦਾ ਬਰਥਡੇ ਵੀ ਹੈ, ਆਪਾਂ ਸਾਰਾ ਬਰਥਡੇ ਦਾ ਤੁਹਾਨੂੰ ਵਲੌਗ 'ਚ ਦਿਖਾਵਾਂਗੇ, ਫਿਰ ਬਹੁਤ ਸੋਹਣੀ ਜੀ ਡਰੈੱਸ ਪਾਏਗੀ, ਫਿਰ ਤੁਸੀਂ ਸਾਰੇ ਜਣੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਮੇਰੀ ਭਤੀਜੀ ਕਿੱਦਾਂ ਦੀ ਲੱਗ ਰਹੀ ਹੈ। ਅੱਜ ਬਹੁਤ ਹੀ ਪਿਆਰੀ ਡਰੈੱਸ ਪਾ ਕੇ, ਬਹੁਤ ਹੀ ਘੈਂਟ ਜੀ ਤਿਆਰ ਹੋ ਕੇ ਤੁਹਾਡੇ ਸਾਹਮਣੇ ਆਏਗੀ ਵਲੌਗ 'ਚ। ਹੁਣ ਬਸ ਆਪਾਂ ਏਅਰਪੋਰਟ 'ਤੇ ਪਹੁੰਚੇ ਨਹੀਂ ਵਾਲੇ ਹਾਂ, ਹੁਣ ਆਪਾਂ ਗੇਟ ਦੇ ਅੰਦਰ ਐਂਟਰ ਹੋ ਗਏ ਹਾਂ। ਤੁਸੀਂ ਭਤੀਜੀ ਦੀਆਂ ਗੱਲਾਂ ਵੱਲ ਧਿਆਨ ਨਹੀਂ ਦੇਣਾ, ਮੈਂ ਵੋਇਸ ਓਵਰ ਕਰ ਰਹੀ ਹਾਂ, ਇਹ ਮੈਨੂੰ ਵਿੱਚ ਵਿੱਚ ਤੰਗ ਕਰ ਰਹੀ ਹੈ। ਏਅਰਪੋਰਟ ਦੇ ਅੰਦਰ ਹੁਣ ਆਪਾਂ ਐਂਟਰ ਹੋ ਗਏ ਹਾਂ, ਦੇਖ ਲਓ ਝੰਡਾ ਤੁਸੀਂ ਦੇਖ ਲਿਆ ਹੈ ਕਿੰਨਾ। ਹੁਣ ਬਸ ਜਾ ਰਹੇ ਹਾਂ ਆਪਾਂ ਬ੍ਰਦਰ ਨੂੰ ਪਿੱਕ ਕਰਨ ਵਾਸਤੇ, ਬਹੁਤ ਹੀ ਜ਼ਿਆਦਾ ਐਕਸਾਈਟਡ ਨੇ ਸਾਰੇ ਜਣੇ, ਕਿੱਦਾਂ ਭੱਜੇ ਭੱਜੇ ਜਾ ਰਹੇ ਨੇ। ਬਸ ਹੁਣ ਵੇਟ ਕਰ ਰਹੇ ਨੇ, ਬਸ ਹੁਣ ਆਉਣ ਹੀ ਵਾਲਾ ਬਾਹਰ। ਵੇਟ 'ਚ ਖੜ੍ਹੇ ਨੇ, ਬਾਕੀ ਤੁਸੀਂ ਸਾਰੇ ਵੇਖ ਹੀ ਰਹੇ ਹੋ ਅੰਮ੍ਰਿਤਸਰ ਏਅਰਪੋਰਟ 'ਤੇ। ਬਸ ਸਾਹਮਣੇ ਉਹ ਬ੍ਰਦਰ ਆ ਰਿਹਾ, ਹੁਣ ਇਹ ਸਾਰੇ ਮਿਲਣਗੇ। ਚਲੋ ਜੀ, ਇੰਤਜ਼ਾਰ ਦੀਆਂ ਘੜੀਆਂ ਹੋ ਗਈਆਂ ਨੇ ਖਤਮ। ਸਭ ਤੋਂ ਪਹਿਲਾਂ ਮਿਲਿਆ ਮੰਮਾ ਨੂੰ, ਫਿਰ ਮਿਲਿਆ ਆਪਣੀ ਭਾਬੀ ਜੀ ਨੂੰ,
ਛੋਟਾ ਤਾਂ ਜਾ ਹੀ ਨਹੀਂ ਰਿਹਾ ਸੀਗਾ, ਉਹ ਸ਼ਰਮਾ ਰਿਹਾ ਸੀਗਾ ਕਿ ਚਾਚੂ ਬਹੁਤ ਦੇਰ ਬਾਅਦ ਆਏ ਨੇ, ਉਹ ਥੋੜ੍ਹਾ ਪਹਿਚਾਣ ਨਹੀਂ ਰਿਹਾ ਸੀਗਾ, ਪਹਿਲਾਂ ਛੋਟਾ ਸੀਗਾ ਹੁਣ ਆਉਂਦਿਆਂ ਤੱਕ ਥੋੜ੍ਹਾ ਵੱਡਾ ਹੋ ਗਿਆ, ਹੁਣ ਚਾਚੂ ਨੇ ਉਹਨੂੰ ਜ਼ਬਰਦਸਤੀ ਚੁੱਕ ਲਿਆ ਅਤੇ ਹੁਣ ਵੀ ਸ਼ਰਮਾ ਰਿਹਾ, ਨਾਟਕ ਕਰ ਰਿਹਾ ਨਾਟਕ। ਹੁਣ ਆਪਣੇ ਬ੍ਰਦਰ ਨੂੰ ਮਿਲਿਆ, ਹੁਣ ਬਸ ਇਹ ਉੱਥੋਂ ਨਿਕਲ ਰਹੇ ਨੇ। ਬਸ ਹੁਣ ਬਹੁਤ ਹੀ ਜਲਦੀ ਘਰ ਆਉਣਗੇ ਅਤੇ ਫਿਰ ਮੈਨੂੰ ਘਰ ਆ ਕੇ ਮਿਲਣਗੇ, ਕਿਉਂਕਿ ਮੈਂ ਕਿਸੇ ਕਾਰਨ ਜਾ ਨਹੀਂ ਪਾਈ, ਮੈਨੂੰ ਘਰ ਥੋੜ੍ਹਾ ਕੰਮ ਸੀਗਾ, ਕਿਉਂਕਿ ਅੱਜ ਭਤੀਜੀ ਦਾ ਬਰਥਡੇ ਸੀਗਾ ਅਤੇ ਥੋੜ੍ਹਾ ਮੈਂ ਦੇਖਣਾ ਦੁਖਣਾ ਸੀਗਾ ਕੰਮ ਕਰ, ਅਤੇ ਇਸ ਕਰਕੇ ਮੈਂ ਨਹੀਂ ਜਾ ਪਾਈ। ਇਹ ਹੁਣ ਵਧਾਈ ਮੰਗਦੇ ਪਏ ਆ ਬਾਹਰ ਕਿ ਬਾਹਰੋਂ ਆਇਆ ਤਾਂ ਸਾਨੂੰ ਵੀ ਵਧਾਈ ਦੇ ਕੇ ਜਾਓ। ਬਸ ਹੁਣ ਇਹ ਉੱਥੋਂ ਨਿਕਲਣ ਲੱਗੇ ਨੇ, ਛੋਟਾ ਬਹੁਤ ਜ਼ਿਆਦਾ ਤੰਗ ਕਰ ਰਿਹਾ। ਬਸ ਹੁਣ ਵਾਪਸੀ ਜਾ ਰਹੇ ਨੇ, ਹੁਣ ਬਸ ਕਿਤੇ ਰੁਕਣਗੇ ਰਸਤੇ ਦੇ ਵਿੱਚ, ਥੋੜ੍ਹਾ ਕੁਝ ਖਾਣ ਪੀਣਗੇ ਅਤੇ ਫਿਰ ਡਾਇਰੈਕਟ ਜਲਦੀ ਘਰ ਆ ਜਾਣਗੇ, ਅਤੇ ਫਿਰ ਘਰ ਦੇ ਵਿੱਚ ਜਿਹੜੇ ਬਾਕੀ ਮੈਂਬਰ ਇਹਨਾਂ ਦਾ ਇੰਤਜ਼ਾਰ ਕਰਦੇ ਪਏ ਨੇ, ਫਿਰ ਉਹਨੂੰ ਮਿਲਣਗੇ। ਚਲੋ ਜੀ, ਬਾਅਦ ਵਿੱਚ ਇਹ ਚਲੇ ਗਏ ਬਰਗਰ ਕਿੰਗ, ਉੱਥੇ ਜਾ ਕੇ ਇਹਨਾਂ ਨੇ ਬਰਗਰ ਵਗੈਰਾ ਖਾਏ, ਕੋਲਡ ਕੌਫੀ ਵਗੈਰਾ ਪੀਤੀ। ਇਹ ਵੇਖੋ ਕਿੱਦਾਂ ਬੈਠਾ ਹੋਇਆ ਆਪਣਾ ਔਡਰ ਦੀ ਵੇਟ ਕਰ ਰਿਹਾ। ਕਿੱਡੇ ਆਰਾਮ ਨਾਲ ਇਕੱਲਾ ਹੀ ਬੈਠਾ, ਕਿੱਡੇ ਸਟਾਈਲ ਨਾਲ। ਬਾਕੀ ਸਾਰੇ ਤਾਂ ਖੜ੍ਹੇ ਨੇ। ਚਲੋ ਜੀ, ਐਂਟਰੀ ਹੋ ਗਈ ਘਰ ਅਤੇ ਘਰ ਆ ਗਿਆ ਸਿਸਟਰ, ਹੁਣ ਤੇਲ ਚੋਰੀ ਹੈ ਅਤੇ ਚਾਚਾ ਜੀ ਖੜ੍ਹੇ ਵੇਟ ਕਰ ਰਹੇ ਨੇ ਬਹੁਤ ਹੀ ਦੇਰ 'ਤੇ। ਚਾਚਾ ਜੀ ਬਾਹਰ ਬੈਠੇ ਦਾ ਇੰਤਜ਼ਾਰ ਕਰ ਰਹੇ ਸੀ, ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਇੰਨੀ ਦੇਰ ਬਾਅਦ ਆਪਣੇ ਫੈਮਿਲੀ ਮੈਂਬਰ ਬਾਹਰੋਂ ਆਉਂਦਾ। ਅਤੇ ਅੱਜ ਦਿਨ ਸਾਡੇ ਲਈ ਬਹੁਤ ਹੀ ਵਧੀਆ ਸੀਗਾ ਕਿ ਸਾਡੇ ਲਈ ਡਬਲ ਖੁਸ਼ੀ ਸੀਗੀ, ਅੱਜ ਇੱਕ ਇਹਦੀ ਭਤੀਜੀ ਦਾ ਬਰਥਡੇ ਸੀਗਾ ਅਤੇ ਅੱਜ ਇਹ ਵੀ ਆਇਆ। ਅਤੇ ਫਿਰ ਤੇਲ ਚੋ ਕੇ ਇਹਦਾ ਸਵਾਗਤ ਕੀਤਾ ਅਤੇ ਇਹਨੂੰ ਅੰਦਰ ਲੰਘਾਇਆ। ਚਾਚਾ ਜੀ ਇਹਨੂੰ ਮਿਲੇ ਅਤੇ ਚਾਚਾ ਜੀ ਵੀ ਥੋੜ੍ਹਾ ਇਮੋਸ਼ਨਲ ਹੋ ਗਏ ਮਿਲ ਕੇ, ਅਤੇ ਫਿਰ ਇਸ ਤੋਂ ਬਾਅਦ ਮਿਲਿਆ ਸਿਸਟਰ ਨੂੰ। ਫਿਰ ਮਿਲਿਆ ਆਪਣੇ ਔਸਕਰ ਨੂੰ, ਡੌਗੀ ਨੂੰ। ਡੌਗੀ ਵੀ ਦੇਖੋ ਕਿੰਨਾ ਪਿਆਰ ਕਰ ਰਿਹਾ, ਕਿ ਉਹ ਵੀ ਦੇਖ ਰਿਹਾ ਕਿ ਕਾਫੀ ਦੇਰ ਬਾਅਦ ਇੱਕ ਕੌਣ ਨਵਾਂ ਮੈਂਬਰ ਸਾਡੇ ਘਰ ਦੇ ਵਿੱਚ ਆ ਰਿਹਾ। ਚਲੋ ਜੀ, ਬਾਅਦ ਵਿੱਚ ਆ ਗਿਆ ਸਿੰਮੀ ਘਰ, ਅਤੇ ਸਿੰਮੀ ਨੇ ਵੀ ਤੇਲ ਚੋ ਕੇ ਬ੍ਰਦਰ ਦਾ ਕੀਤਾ ਸਵਾਗਤ ਅਤੇ ਬ੍ਰਦਰ ਨੂੰ ਕਰਾਈ ਅੰਦਰ ਐਂਟਰੀ। ਫਿਰ ਬ੍ਰਦਰ ਨੂੰ ਮਿਲ ਕੇ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਕਿ ਬਹੁਤ ਦੇਰ ਬਾਅਦ ਆਇਆ ਸੀ। ਚਲੋ ਖੁਸ਼ੀ ਖੁਸ਼ੀ ਇਸ ਵਾਰੀ ਆਇਆ, ਸਾਨੂੰ ਇਹ ਵੀ ਬਹੁਤ ਜ਼ਿਆਦਾ ਖੁਸ਼ੀ ਹੈ। ਅਤੇ ਫਿਰ ਤਾਈ ਜੀ ਨੂੰ ਮਿਲਿਆ, ਤਾਈ ਜੀ ਇਹਨੂੰ ਮਿਲ ਕੇ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ। ਇਹ ਸੀਗਾ ਸਾਡਾ ਅੱਜ ਦਾ ਛੋਟਾ ਜਿਹਾ ਵਲੌਗ, ਅਤੇ ਅੱਜ ਸਾਡੇ ਘਰ ਦੇ ਵਿੱਚ ਦੋ ਦੋ ਖੁਸ਼ੀਆਂ ਸੀਗੀਆਂ, ਇੱਕ ਸੀਗਾ ਅੱਜ ਭਤੀਜੀ ਦਾ ਬਰਥਡੇ ਅਤੇ ਇੱਕ ਆਇਆ ਸੀਗਾ ਬ੍ਰਦਰ ਬਾਹਰੋਂ। ਅਤੇ ਹੁਣ ਆਪਾਂ ਕਰਾਂਗੇ ਭਤੀਜੀ ਦਾ ਬਰਥਡੇ ਸੈਲੀਬ੍ਰੇਟ, ਉਹ ਵੀ ਵਲੌਗ ਤੁਹਾਨੂੰ ਆਪਾਂ ਕੱਲ੍ਹ ਅਪਲੋਡ ਕਰ ਦਾਂਗੇ। ਅਤੇ ਕੋਈ ਵੀ ਵਲੌਗ ਸਕਿੱਪ ਨਾ ਕਰਿਆ ਕਰੋ, ਇੱਦਾਂ ਹੀ ਤੁਹਾਡੇ ਨਵੇਂ ਨਵੇਂ ਵਲੌਗ ਲੈ ਕੇ ਆਉਂਦੇ ਰਹਾਂਗੇ। ਅਤੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਵਲੌਗ ਕਿੱਦਾਂ ਦਾ ਲੱਗਿਆ, ਕਿੱਦਾਂ ਦਾ ਨਹੀਂ, ਜੋ ਕਮੀ ਪੇਸ਼ੀ ਹੋਏਗੀ ਉਹ ਵੀ ਜ਼ਰੂਰ ਦੱਸਣਾ ਕਿ ਆਪਾਂ ਉਹ ਕਮੀਆਂ ਦੂਰ ਕਰੀਏ, ਅਤੇ ਤੁਹਾਡੇ ਲਈ ਘੈਂਟ ਘੈਂਟ ਵਲੌਗ ਲੈ ਕੇ ਇੱਦਾਂ ਹੀ ਆਉਂਦੇ ਰਹੀਏ।